ਖਡੂਰ ਸਾਹਿਬ ਤੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਲੜਾਈ ਦੀ ਇੱਕ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ, ਪਰ ਹੁਣ ਪੁਲਿਸ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿਚਾਲੇ ਕੋਈ ਲੜਾਈ ਝਗੜਾ ਨਹੀਂ ਹੋਇਆ ਹੈ। ਦੱਸਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਅਫਵਾਹ ਫੈਲਾਈ ਜਾ ਰਹੀ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚੋਂ ਜ਼ਖਮੀ ਹੋਏ ਨੇ। ਦੂਜੇ ਪਾਸੇ ਤਰਨ ਤਾਰਨ ਦੇ SPD ਅਜੇ ਰਾਜ ਸਿੰਘ ਨੇ ਦੱਸਿਆ ਕਿ ਅਜਿਹੀ ਕੋਈ ਖਬਰ ਨਹੀਂ ਹੈ, ਅਸੀਂ ਜਾਂਚ ਕਰਵਾਈ ਹੈ, ਇਹ ਬਿਲਕੁਲ ਝੂਠੀ ਹੈ। ਅਤੇ ਉਹਨਾਂ ਇਹ ਵੀ ਕਿਹਾ ਕਿ ਜਿਸ ਦੇ ਵੱਲੋਂ ਇਹ ਖਬਰ ਫੈਲਾਈ ਜਾ ਰਹੀ ਹੈ ਉਸ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿਚਾਲੇ ਕੋਈ ਲੜਾਈ ਝਗੜਾ ਨਹੀਂ ਹੋਇਆ ਏ, ਨਾ ਹੀ ਕਿਸੇ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲਾ ਕੀਤਾ ਏ। ਤਰਨ ਤਾਰਨ ਦੇ SPD ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਫੇਕ ਖਬਰ ਹੈ ਅਤੇ ਫੇਕ ਖਬਰ ਫੈਲਾਉਣ ਵਾਲਿਆਂ ਖਿਲਾਫ ਅਸੀਂ ਵੀ ਫੇਸਬੁੱਕ ਦੇ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਖਬਰ ਦੇਖੀ ਆ ਕਿ ਜਿਸ ਦੇ ਵਿੱਚ ਇਹ ਚੀਜ਼ ਨੂੰ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਅੰਮ੍ਰਿਤਪਾਲ ਦੇ ਵਰਕਰਾਂ ਦੇ ਵਿੱਚ ਕਾਫੀ ਲੜਾਈ ਝਗੜਾ ਹੋਇਆ ਆ, ਪਰ ਇਹੋ ਜੀ ਕੋਈ ਖਬਰ ਨਹੀਂ ਹੈਗੀ, ਇਹ ਬਿਲਕੁਲ ਝੂਠੀ ਆ। ਖਡੂਰ ਸਾਹਿਬ ਹਲਕਾ ਦੇ ਵਿੱਚ ਸਾਡਾ ਡਿਸਟ੍ਰਿਕਟ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਇਹੋ ਜੀ ਖਬਰ ਹਜੇ ਤੱਕ ਕੋਈ ਵੀ ਪੁਲਿਸ ਦੇ ਨੋਟਿਸ ਵਿੱਚ ਨਹੀਂ ਆਈ। ਜਿਹੜੀ ਇਹ ਖਬਰ ਆ ਇਹ ਬਿਲਕੁਲ ਝੂਠੀ ਆ, ਅਸੀਂ ਫਿਰ ਵੀ ਇਹਦੀ ਜਾਂਚ ਕਰਾ ਰਹੇ ਹਾਂ ਪ੍ਰੋਪਰ। ਸਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਚੈਨਲ ਵੱਲੋਂ ਵਾਇਰਲ ਕੀਤੀ ਜਾ ਰਹੀ ਆ, ਅਸੀਂ ਆਪਣੇ ਸਾਈਬਰ ਸੈੱਲ ਦੇ ਜ਼ਰੀਏ ਇਹਦੀ ਜਾਂਚ ਕਰਾ ਕੇ ਤਾਂ ਪ੍ਰੋਪਰ ਜਿਹੜੀ ਬਣਦੀ ਹੋਈ ਕਾਨੂੰਨੀ ਕਾਰਵਾਈ ਅਮਲ 'ਚ ਲਿਆਵਾਂਗੇ। ਜਿਹੜੀ ਸਰ ਜੇ ਫੇਕ ਹੋਈ ਤੇ ਕਾਰਵਾਈ ਵੀ ਹੋਈ? ਬਿਲਕੁਲ ਜੀ, ਉਸ ਤੇ ਬਿਲਕੁਲ ਕਾਰਵਾਈ ਕੀਤੀ ਜਾਊਗੀ। ਖਡੂਰ ਸਾਹਿਬ ਤੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਲੜਾਈ ਦੀ ਇੱਕ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ, ਪਰ ਹੁਣ ਪੁਲਿਸ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿਚਾਲੇ ਕੋਈ ਲੜਾਈ ਝਗੜਾ ਨਹੀਂ ਹੋਇਆ ਹੈ। ਦੱਸਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਅਫਵਾਹ ਫੈਲਾਈ ਜਾ ਰਹੀ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚੋਂ ਜ਼ਖਮੀ ਹੋਏ ਨੇ। ਦੂਜੇ ਪਾਸੇ ਤਰਨ ਤਾਰਨ ਦੇ SPD ਅਜੇ ਰਾਜ ਸਿੰਘ ਨੇ ਦੱਸਿਆ ਕਿ ਅਜਿਹੀ ਕੋਈ ਖਬਰ ਨਹੀਂ ਹੈ, ਅਸੀਂ ਜਾਂਚ ਕਰਵਾਈ ਹੈ, ਇਹ ਬਿਲਕੁਲ ਝੂਠੀ ਹੈ। ਅਤੇ ਉਹਨਾਂ ਇਹ ਵੀ ਕਿਹਾ ਕਿ ਜਿਸ ਦੇ ਵੱਲੋਂ ਇਹ ਖਬਰ ਫੈਲਾਈ ਜਾ ਰਹੀ ਹੈ ਉਸ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿਚਾਲੇ ਕੋਈ ਲੜਾਈ ਝਗੜਾ ਨਹੀਂ ਹੋਇਆ ਏ, ਨਾ ਹੀ ਕਿਸੇ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲਾ ਕੀਤਾ ਏ। ਤਰਨ ਤਾਰਨ ਦੇ SPD ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਫੇਕ ਖਬਰ ਹੈ ਅਤੇ ਫੇਕ ਖਬਰ ਫੈਲਾਉਣ ਵਾਲਿਆਂ ਖਿਲਾਫ਼ ਅਸੀਂ ਵੀ ਫੇਸਬੁੱਕ ਦੇ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਖਬਰ ਦੇਖੀ ਆ ਕਿ ਜਿਸ ਦੇ ਵਿੱਚ ਇਹ ਚੀਜ਼ ਨੂੰ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਅੰਮ੍ਰਿਤਪਾਲ ਦੇ ਵਰਕਰਾਂ ਦੇ ਵਿੱਚ ਕਾਫੀ ਲੜਾਈ ਝਗੜਾ ਹੋਇਆ ਆ, ਪਰ ਇਹੋ ਜੀ ਕੋਈ ਖਬਰ ਨਹੀਂ ਹੈਗੀ, ਇਹ ਬਿਲਕੁਲ ਝੂਠੀ ਆ। ਖਡੂਰ ਸਾਹਿਬ ਹਲਕਾ ਦੇ ਵਿੱਚ ਸਾਡਾ ਡਿਸਟ੍ਰਿਕਟ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਇਹੋ ਜੀ ਖਬਰ ਹਜੇ ਤੱਕ ਕੋਈ ਵੀ ਪੁਲਿਸ ਦੇ ਨੋਟਿਸ ਵਿੱਚ ਨਹੀਂ ਆਈ। ਜਿਹੜੀ ਇਹ ਖਬਰ ਆ ਇਹ ਬਿਲਕੁਲ ਝੂਠੀ ਆ, ਅਸੀਂ ਫਿਰ ਵੀ ਇਹਦੀ ਜਾਂਚ ਕਰਾ ਰਹੇ ਹਾਂ ਪ੍ਰੋਪਰ। ਸਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਚੈਨਲ ਵੱਲੋਂ ਵਾਇਰਲ ਕੀਤੀ ਜਾ ਰਹੀ ਆ, ਅਸੀਂ ਆਪਣੇ ਸਾਈਬਰ ਸੈੱਲ ਦੇ ਜ਼ਰੀਏ ਇਹਦੀ ਜਾਂਚ ਕਰਾ ਕੇ ਤਾਂ ਪ੍ਰੋਪਰ ਜਿਹੜੀ ਬਣਦੀ ਹੋਈ ਕਾਨੂੰਨੀ ਕਾਰਵਾਈ ਅਮਲ 'ਚ ਲਿਆਵਾਂਗੇ। ਜਿਹੜੀ ਸਰ ਜੇ ਫੇਕ ਹੋਈ ਤੇ ਕਾਰਵਾਈ ਵੀ ਹੋਈ? ਬਿਲਕੁਲ ਜੀ, ਉਸ ਤੇ ਬਿਲਕੁਲ ਕਾਰਵਾਈ ਕੀਤੀ ਜਾਊਗੀ। ਖਡੂਰ ਸਾਹਿਬ ਤੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਲੜਾਈ ਦੀ ਇੱਕ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ, ਪਰ ਹੁਣ ਪੁਲਿਸ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿਚਾਲੇ ਕੋਈ ਲੜਾਈ ਝਗੜਾ ਨਹੀਂ ਹੋਇਆ ਏ। ਦੱਸਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਅਫਵਾਹ ਫੈਲਾਈ ਜਾ ਰਹੀ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚੋਂ ਜ਼ਖਮੀ ਹੋਏ ਨੇ।
ਦੂਜੇ ਪਾਸੇ ਤਰਨ ਤਾਰਨ ਦੇ ਐਸਪੀਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਅਜਿਹੀ ਕੋਈ ਖਬਰ ਨਹੀਂ ਹੈ, ਅਸੀਂ ਜਾਂਚ ਕਰਵਾਈ ਹੈ, ਇਹ ਬਿਲਕੁਲ ਝੂਠੀ ਹੈ। ਅਤੇ ਉਹਨਾਂ ਇਹ ਵੀ ਕਿਹਾ ਕਿ ਜਿਸ ਦੇ ਵੱਲੋਂ ਇਹ ਖਬਰ ਫੈਲਾਈ ਜਾ ਰਹੀ ਹੈ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿਚਾਲੇ ਕੋਈ ਲੜਾਈ ਝਗੜਾ ਨਹੀਂ ਹੋਇਆ ਏ, ਨਾ ਹੀ ਕਿਸੇ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲਾ ਕੀਤਾ ਏ। ਤਰਨ ਤਾਰਨ ਦੇ ਐਸਪੀਡੀ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਫੇਕ ਖਬਰ ਹੈ ਅਤੇ ਫੇਕ ਖਬਰ ਫੈਲਾਉਣ ਵਾਲਿਆਂ ਖਿਲਾਫ ਤੇ ਅਸੀਂ ਵੀ ਫੇਸਬੁੱਕ ਦੇ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਖਬਰ ਦੇਖੀ ਆ ਕਿ ਜਿਸ ਦੇ ਵਿੱਚ ਇਹ ਚੀਜ਼ ਨੂੰ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਅੰਮ੍ਰਿਤਪਾਲ ਦੇ ਵਰਕਰਾਂ ਦੇ ਵਿੱਚ ਕਾਫੀ ਲੜਾਈ ਝਗੜਾ ਹੋਇਆ ਆ, ਪਰ ਇਹੋ ਜਿਹੀ ਕੋਈ ਖਬਰ ਨਹੀਂ ਹੈਗੀ, ਇਹ ਬਿਲਕੁਲ ਝੂਠੀ ਆ। ਖਡੂਰ ਸਾਹਿਬ ਹਲਕਾ ਦੇ ਵਿੱਚ ਸਾਡਾ ਡਿਸਟ੍ਰਿਕਟ ਤਰਨ ਤਾਰਨ ਹੈ, ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਇਹੋ ਜਿਹੀ ਖਬਰ ਹਜੇ ਤੱਕ ਕੋਈ ਵੀ ਪੁਲਿਸ ਦੇ ਨੋਟਿਸ ਵਿੱਚ ਨਹੀਂ ਆਈ। ਜਿਹੜੀ ਇਹ ਖਬਰ ਆ ਇਹ ਬਿਲਕੁਲ ਝੂਠੀ ਆ, ਅਸੀਂ ਫਿਰ ਵੀ ਇਹਦੀ ਜਾਂਚ ਕਰਾ ਰਹੇ ਹਾਂ ਪ੍ਰੋਪਰ। ਸਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਚੈਨਲ ਵੱਲੋਂ ਵਾਇਰਲ ਕੀਤੀ ਜਾ ਰਹੀ ਆ, ਅਸੀਂ ਆਪਣੇ ਸਾਈਬਰ ਸੈੱਲ ਦੇ ਜ਼ਰੀਏ ਇਹਦੀ ਜਾਂਚ ਕਰਾ ਕੇ ਤਾਂ ਪ੍ਰੋਪਰ ਜਿਹੜੀ ਬਣਦੀ ਹੋਈ ਕਾਨੂੰਨੀ ਕਾਰਵਾਈ ਅਮਲ 'ਚ ਲਿਆਵਾਂਗੇ। ਜਿਹੜੀ ਸਰ ਜੇ ਫੇਕ ਹੋਈ ਤੇ ਕਾਰਵਾਈ ਕੀ? ਬਿਲਕੁਲ ਜੀ, ਉਸ 'ਤੇ ਬਿਲਕੁਲ ਕਾਰਵਾਈ ਕੀਤੀ ਜਾਊਗੀ।